ਬਰਾਬਰ ਏਕਤਾ ਜਿੰਦਾਬਾਦ 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 ਨਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਟੂਲ ਟੈਕਸ ਬੰਦ ਕਰੋ ਬੰਦ ਕਰੋ ਬੰਦ ਕਰੋ ਟੂਲ ਟੈਕਸ ਬੰਦ ਕਰੋ ਬੰਦ ਕਰੋ ਬੰਦ ਕਰੋ ਰੱਦ ਕਰੋ ਰੱਦ ਕਰੋ ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ ਮੇਰਾ ਨਾਮ ਜਸਵੰਤ ਸਿੰਘ ਹੈ ਜੀ। ਇਹ ਕਾਰਨ ਸਾਡੇ ਵੱਖ ਵੱਖ ਦੋ ਕਾਰਨ ਸੀਗੇ ਜੀ, ਜਿਵੇਂ ਕਿ ਮੋਦੀ ਸਰਕਾਰ ਕਾਲਾ ਕਾਨੂੰਨ ਲੈ ਕੇ ਆਈ ਆ ਹਿੱਟ ਐਂਡ ਰਨ ਵਾਲਾ, 10 ਸਾਲ ਦੀ ਕੈਦ, 7 ਲੱਖ ਰੁਪਈਆ ਜੁਰਮਾਨਾ ਉਹ ਜਿਹੜਾ ਡਰਾਈਵਰ ਨਹੀਂ ਦੇ ਸਕਦਾ, ਕਿਉਂਕਿ 10-12 ਹਜ਼ਾਰ ਰੁਪਈਆ ਸੈਲਰੀ ਆ, ਡਰਾਈਵਰ ਵਿਚਾਰਾ ਘਰ ਚਲਾਊਗਾ ਕਿ ਇਹ ਸਜ਼ਾ ਭੁਗਤੂ ਕੇ ਜੁਰਮਾਨੇ ਭਰੂਗਾ ਜੀ। ਲੋਲੀਪੋਪ ਦਿੱਤਾ ਗਿਆ ਜੀ ਉਸ ਟਾਈਮ ਵੀ। ਹਜੇ ਕੀ ਏਜੰਡਾ ਕੀ ਹੈ ਤੁਹਾਡਾ? ਸਾਡਾ ਮੇਨ ਏਜੰਡਾ ਜੀ, ਸਾਨੂੰ ਇੱਕ ਤਾਂ ਟੂਲ ਦੀ ਬੜੀ ਪ੍ਰੋਬਲਮ ਆ ਰਹੀ ਆ, ਸਾਡੀਆਂ ਕਮਰਸ਼ੀਅਲ ਗੱਡੀਆਂ ਦੇ ਇਹਨਾਂ ਨੇ ਪਾਸ ਬਣਨੇ ਬੰਦ ਕਰ ਦਿੱਤੇ ਨੇ, ਉਸ ਵਿਸ਼ੇ ਤੇ ਅੱਜ ਅਸੀਂ ਇਕੱਠੇ ਹੋਏ ਆ ਜੀ। ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈਨ ਫਿਰ ਆਲ ਪੰਜਾਬ ਜੀ, ਤੇ ਜੋ ਕਿ ਅੱਜ ਜਿਹੜਾ ਮੁੱਦਾ ਲੈ ਕੇ ਆਇਆ ਜੀ, ਟੈਕਸੀ ਸਟੈਂਡ ਵਾਲੇ ਵੀਰ ਪ੍ਰਧਾਨੀ ਸਾਹਿਬਾਨ, ਟਰੱਕਾਂ ਵਾਲੇ, ਛੋਟੇ ਹਾਥੀਆਂ ਵਾਲੇ, ਪਿਕਅੱਪਾਂ ਵਾਲੇ, ਤੇ ਸਭ ਤੋਂ ਵੱਡੇ ਟਰੱਕ ਵਾਲੇ ਵੀਰ, ਠੀਕ ਹੈ, ਜਿਹਨਾਂ ਦਾ ਸਾਰਿਆਂ ਦਾ ਸਹਿਯੋਗ ਮਿਲਿਆ। ਫਲੌਰ ਤੋਂ ਪ੍ਰਧਾਨ ਸਾਰੇ ਆਏ ਨੇ, ਇਕੱਠੇ ਹੋਏ ਨੇ, ਕਿਉਂਕਿ ਜਿਹੜਾ ਕਿ ਮੋਦੀ ਸਰਕਾਰ ਵਿਹਲੀ ਬੈਠੀ ਕਾਲੇ ਕਾਨੂੰਨ ਕੱਢੀ ਜਾਂਦੀ ਆ, ਵਿਹਲੀ ਬੈਠੀ ਕਾਲੇ ਕਾਨੂੰਨ ਕੱਢਿਆ, 7 ਲੱਖ ਰੁਪਈਆ ਜੁਰਮਾਨਾ ਪਾਤਾ ਡਰਾਈਵਰ ਨੂੰ, ਠੀਕ ਹੈ, 10 ਸਾਲ ਦੀ ਸਜ਼ਾ ਕਰਤੀ। ਡਰਾਈਵਰ ਇੱਕ ਮੇਨ ਰੀੜ ਦੀ ਹੱਡੀ ਆ, ਡਰਾਈਵਰ ਦੇ ਸਿਰੋਂ ਘਰ ਚੱਲਦਾ, ਲੋਕਾਂ ਦਾ ਪਰਿਵਾਰ ਚੱਲਦੇ ਆ, ਡਰਾਈਵਰ ਨੂੰ ਪਤਾ ਨਹੀਂ ਆਪਣੀ ਮੰਜ਼ਿਲ 'ਤੇ ਪਹੁੰਚਣਾ ਜਾਂ ਨਹੀਂ ਪਹੁੰਚਣਾ ਗਾ। ਵਿਹਲੀ ਬੈਠੀ ਸਰਕਾਰ ਨੂੰ ਸਗੋਂ ਡਰਾਈਵਰ ਨੂੰ ਸਹੂਲਤ ਦੇਣੀ ਚਾਹੀਦੀ, ਡਰਾਈਵਰ ਨੂੰ ਸਹੂਲਤ ਲੈਣੀ ਚਾਹੀਦੀ ਆ। ਜੇ ਗੱਲ ਸੁਣੀ ਨਹੀਂ ਜੀ, ਆਹ ਰੋਡ ਟੂਲ ਪਿਆ ਜੀ, ਰੋਡ ਬੰਦ ਕੀਤਾ ਜਾਊਗਾ ਜੀ, ਅਸੀਂ ਹੋਰ ਥੱਕ ਹਟੇ ਆ ਜੀ, ਕਹਿ ਹਟੇ ਆ, ਬਹੁਤ ਕਰ ਹਟੇ ਆ, ਹੁਣ ਇਹ ਅਸੀਂ ਲੰਬੇ ਸਮੇਂ ਲਈ ਬੈਠਾਂਗੇ ਜੀ, ਇੱਥੇ ਚਾਨਣੀਆਂ ਲੱਗਣਗੀਆਂ, ਇੱਥੇ ਟੈਂਟ ਲੱਗਣਗੇ ਜੀ। ਮੇਰਾ ਨਾਮ ਦਪਿੰਦਰ ਆ ਜੀ, ਅਤੇ ਪਾਸ ਦਾ ਇਸ਼ੂ ਚੱਲ ਰਿਹਾ ਸੀ, ਜਿਹੜੀ ਉਹਨਾਂ ਦੀ ਗੱਲ ਕਰਵਾ ਕੇ ਹਾਈਵੇ ਅਥਾਰਟੀਜ਼ ਨੂੰ ਉਹਨਾਂ ਦਾ ਮੈਸੇਜ ਦੇ ਦਿੱਤਾ ਆ। ਹਾਈਵੇ ਅਥਾਰਟੀਜ਼ ਨੇ ਮੰਗਲਵਾਰ ਦਾ ਮੀਟਿੰਗ ਦਾ ਟਾਈਮ ਲਿਆ, ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਸਭ ਨੂੰ ਪਤਾ ਲੱਗ ਜਾਣਾ ਜੀ। ਇਹਨਾਂ ਨੂੰ ਹੋ ਗਿਆ, ਇਹਨਾਂ ਨੇ ਚੁਕਾ ਲਿਆ ਜਿਹੜਾ ਖੜੇ ਸੀ? ਹਾਂਜੀ ਹਾਂਜੀ, ਹੋ ਗਿਆ, ਸੈਟੀਸਫਾਈ ਹੋ ਕੇ ਗਏ ਆ, ਉਹਨਾਂ ਨੂੰ ਪਤਾ ਕਿ ਅੱਗੇ ਜੋ ਵੀ ਕਰਨਾ ਅਥਾਰਟੀਜ਼ ਨੇ ਕਰਨਾ ਆ, ਇਸ ਲਈ ਉਹ ਸਾਰੇ ਸਮਝਦਾਰ ਲੋਕ ਉਹਨਾਂ ਨੂੰ ਪਤਾ ਆ, ਅਤੇ ਉਹਨਾਂ ਨੇ ਮੰਗਲਵਾਰ ਦੀ ਮੀਟਿੰਗ ਦਾ ਟਾਈਮ ਮੰਨ ਲਿਆ ਜੀ।